ਕਿਵੇਂ ਦੇਖਦੇ ਹੋ ਆਹ ਮਸਲਾ ਜਿਹੜਾ ਚੱਲਿਆ ਹੋਇਆ ਪੰਜਾਬ ਦੇ ਵਿੱਚ ਭਾਨਾ ਸਿੱਧੂ ਨੂੰ ਲੈ ਕੇ? ਬਹੁਤ ਵਧੀਆ ਕੰਮ ਕਰ ਰਹੇ ਸੀ ਆਪਾਂ ਦੇਖਿਆ ਵੀ ਏਜੰਟਾਂ ਦੇ ਕੋਲੋਂ ਪੈਸੇ ਵਾਪਸ ਕਰਾਉਣੇ ਜਾਂ ਫਿਰ ਕਿਸੇ ਮਜ਼ਲੂਮ ਦੀ ਸਾਰ ਲੈਣੀ, ਸੋ ਉਹਨਾਂ ਨੂੰ ਫੜ ਲਿਆ ਜਾਂਦਾ। ਫੜਨ ਤੋਂ ਬਾਅਦ ਐਡਾ ਵੱਡਾ ਜਿਹੜਾ ਰੋਸ ਧਰਨੇ ਹੋਏ, ਮੈਨੂੰ ਨਹੀਂ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੇਲੇ ਵੀ ਇਸ ਤਰ੍ਹਾਂ ਦੇ ਹੋਏ ਹੋਣਗੇ। ਸੋ ਇਹ ਕਿਵੇਂ ਦੇਖਦੇ ਹੋ, ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ? ਦੀਪ ਨੂੰ ਫਿਰ ਵੀ ਉਹਨਾਂ ਸਟੇਜਾਂ ਦੇ ਨੇੜੇ ਨਹੀਂ ਲੱਗਣ ਦਿੱਤਾ, ਬਹੁਤ ਬੁਰੀ ਤਰ੍ਹਾਂ ਉਹਨੂੰ ਟਾਰਗੇਟ ਕੀਤਾ, ਪਰ ਲੱਖੇ ਨੂੰ ਫਿਰ ਵੀ ਉਹਨਾਂ ਨੇ ਕਲੋਸ ਲਿਆਂਦਾ, ਬੱਬੂ ਮਾਨ ਨੂੰ ਵੀ ਕਲੋਸ ਲਿਆਂਦਾ। ਸੋ ਇਹ ਸੋਚਣ ਵਾਲੀ ਗੱਲ ਆ। ਹੁਣ ਜੇ ਭਾਣਾ ਸਿੱਧੂ 'ਤੇ ਆਈਏ, ਉਹਦੇ ਨਾਲ ਠੀਕ ਆ, ਉਹ ਵਧੀਆ ਕੰਮ ਕਰਦਾ ਸੀ ਭਾਈ, ਭਾਈ ਅੰਮ੍ਰਿਤਪਾਲ ਸਿੰਘ ਮਾੜਾ ਕਰਦਾ ਸੀ, ਦੀਪ ਸਿੱਧੂ ਮਾੜਾ ਕਰਦਾ ਸੀ, ਇਹ ਚੀਜ਼ਾਂ ਸਾਨੂੰ ਵਿਚਾਰਨ ਦੀ ਲੋੜ ਆ। ਜਿੰਨਾ ਚਿਰ ਅਸੀਂ ਸਿਆਣਪ ਨਾਲ ਬਹਿ ਕੇ ਨਾ ਵਿਚਾਰੀਆਂ, ਉਹੀ ਚੀਜ਼ਾਂ ਸਾਡੇ ਨਾਲ ਰਿਪੀਟ ਹੋ ਜਾਣੀਆਂ। ਭਾਣਾ ਸਿੱਧੂ ਸਾਡਾ ਟਾਰਗੇਟ ਉਹ ਆ ਜਿਹੜਾ ਸਾਡਾ ਸਾਰਾ ਆਹ 35-40 ਸਾਲ ਜਾਂ ਉਸ ਤੋਂ ਪਹਿਲਾਂ ਵੀ ਜਿਹੜਾ ਸਾਡਾ ਕਹਾਣ ਕੀਤਾ ਗਿਆ, ਸਾਡਾ ਟਾਰਗੇਟ ਇਹ ਆ ਕਿ ਇੱਕ ਵਿਅਕਤੀ ਨੂੰ ਅਸੀਂ ਛੁਡਾਉਣਾ ਬਚਾਉਣਾ। ਉਸ ਟਾਈਮ ਦੇ ਉੱਤੇ ਦੀਪ ਸਿੱਧੂ ਨੂੰ ਇਕੱਲਾ ਛੱਡਿਆ ਗਿਆ, ਹਾਲਾਂਕਿ ਉਸਦੇ ਉਲਟ ਭੁਗਤਦੇ ਰਹੇ ਨੇ। ਜੇ ਆਪਾਂ ਲੱਖੇ ਸਿਧਾਣੇ ਦੀ ਵੀ ਗੱਲ ਕਰਦੇ ਹਾਂ, ਸਵਾਲ ਕਰਨੇ ਕਿਵੇਂ ਕਲਾ ਵਰਤਦੀ ਹੈ, ਇਹ ਤਾਂ ਸਭ ਐਵੇਂ ਹੀ ਹੁੰਦਾ, ਤੂੰ ਦਿੱਲੀ ਕਿਵੇਂ ਪਹੁੰਚ ਗਿਆ ਸੀ, ਇਸ ਤਰ੍ਹਾਂ ਦੇ ਸਵਾਲ ਜਿਹੜੇ ਉਸ ਵੇਲੇ ਹੁੰਦੇ ਰਹੇ ਆ। ਸੋ ਅੱਜ ਸਵਾਲ ਤਾਂ ਹੈ, ਅੱਜ ਪੰਥਕ ਜਿੰਨੀ ਵੀ ਨੌਜਵਾਨੀ ਹੈ ਪੰਜਾਬ ਦੀ, ਜੇਕਰ ਭਾਨੇ ਸਿੱਧੂ ਦੇ ਲੱਖੇ ਸਿਧਾਣੇ ਦਾ ਸਾਥ ਦੇ ਰਹੀ ਹੈ, ਅਤੇ ਜਦੋਂ ਇੱਕ ਕੇਸ ਦਾ ਨਿਪਟਾਰਾ ਹੋ ਜਾਂਦਾ ਨਾ, ਭਾਨਾ ਸਿੱਧੂ ਬਾਹਰ ਆ ਜਾਂਦਾ, ਸਵਾਲ ਤਾਂ ਹੈ ਕਿ ਇਹ ਸਾਰੇ ਨੌਜਵਾਨ ਜਿਹੜੇ ਨੇ ਉਹ ਦੂਜੇ ਪਾਸੇ ਨੂੰ ਵੀ ਚੱਲਣ, ਭਾਈ ਅੰਮ੍ਰਿਤਪਾਲ ਵਾਸਤੇ ਵੀ ਜਿਹੜਾ ਹੈਗਾ ਐਡੇ ਵੱਡੇ ਰੋਸ ਧਰਨੇ ਮੁਜ਼ਾਹਰੇ ਜਿਵੇਂ ਜਿਵੇਂ ਵੀ ਕਰ ਰਹੇ ਹੁਣ ਕਰ ਰਹੇ ਆ, ਇਹ ਉਦੋਂ ਵੀ ਕਰਨ, ਬੰਦੀ ਸਿੰਘਾਂ ਦੇ ਵਾਸਤੇ ਵੀ ਜਿਹੜਾ ਉਪਰਾਲਾ ਹੈ ਉਹ ਵੀ ਜਿਹੜਾ ਇਸੇ ਤਰੀਕੇ ਨਾਲ ਕਰਨ, ਗੱਲ ਫਿਰ ਬਣਦੀ ਹੈ। ਹੁਣ ਉਹਨਾਂ ਨੂੰ ਤਾਂ ਕਹਿਤਾ ਭਾਈ ਇਹ ਜਿਹੜੇ ਨੇ ਐਕਸਟ੍ਰੀਮ ਚੱਲਦੇ ਨੇ, ਹੈ ਨਾ, ਉਦੋਂ ਦੀਪ ਸਿੱਧੂ ਨੂੰ ਵੀ ਕਿਹਾ ਵੀ ਇਹ ਝੰਡਾ ਲਾ ਲਿਆ ਐਕਸਟ੍ਰੀਮ ਚੱਲਦੇ ਆ, ਆ ਹੁਣ ਉਹੀ ਰੁਲਦੂ ਜਿਹੜਾ ਮਾਨਸਾ ਵਾਲਾ ਉਹ ਨਾਲ ਤੁਰਿਆ ਫਿਰਦਾ। ਪੰਜਾਬ ਦੀ ਤਸਵੀਰ ਇਹੋ ਜਿਹੀ ਰਹੀ ਹੈ ਕਿ ਪੰਜਾਬ ਜਿਹੜਾ ਹਮੇਸ਼ਾ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਸਮਾਂ ਜਿਹੜਾ ਆਪਣਾ ਬਹੁਤ ਲੰਘਾਉਂਦਾ ਰਿਹਾ। ਗੱਲ 47 ਦੀ ਕਰੀਏ ਜਾਂ ਫਿਰ ਸਨ 78 ਦੀ, ਉਸ ਤੋਂ ਬਾਅਦ 84 ਦੀ, ਉਹਨਾਂ ਤੋਂ ਵੀ ਬਾਅਦ ਜਿਹੜੇ ਅੱਜ ਕੱਲ੍ਹ ਜਿਹੜੇ ਅਜੋਕੇ ਸਮੇਂ ਦੇ ਵਿੱਚ ਮਸਲੇ ਚੱਲ ਰਹੇ ਨੇ। ਸੋ ਪੰਜਾਬ ਨਿੱਤ ਦਿਨ ਕਿਸੇ ਨਾ ਕਿਸੇ ਮੁਹਿੰਮ ਦੇ ਵਿੱਚ ਰਹਿੰਦਾ, ਇੰਨੀ ਦਿਨੀ ਵੀ ਪੰਜਾਬ ਦੇ ਵਿੱਚ ਇੱਕ ਹਿਲਜੁਲ ਹੋ ਰਹੀ ਹੈ। ਹਿਲਜੁਲ ਹੈਗੀ ਆ ਜੀ ਇੱਕ ਸੋਸ਼ਲ ਐਕਟੀਵਿਸਟ ਭਾਨਾ ਸਿੱਧੂ ਹੋਰਾਂ ਦੇ ਕਰਕੇ, ਜਿਨ੍ਹਾਂ ਨੂੰ ਪਿਛਲੇ ਦਿਨੀ ਗ੍ਰਿਫਤਾਰ ਕਰ ਲਿਆ ਗਿਆ ਸੀ, ਕੇਸ 'ਤੇ ਕੇਸ ਉਹਨਾਂ ਦੇ ਉੱਤੇ ਪਾਏ ਗਏ। ਉਸ ਤੋਂ ਬਾਅਦ ਉਹਨਾਂ ਦੇ ਸਾਥੀ ਜਿਹਦੇ ਵਿੱਚ ਲੱਖਾ ਸਿਧਾਣਾ ਜਾਂ ਹੋਰ ਵੀ ਆ ਜਾਂਦੇ ਨੇ, ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ। ਸੋ ਇਹ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਧਰਨਾ ਹੋ ਨਿਬੜਿਆ, ਬੜੀ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚੋਂ ਨੌਜਵਾਨਾਂ ਨੇ ਸ਼ਿਰਕਤ ਕੀਤੀ ਹੈ। ਸੋ ਸਾਰੇ ਇਕੱਠੇ ਹੋਏ, ਉਸ ਤੋਂ ਬਾਅਦ ਭਾਨਾ ਸਿੱਧੂ ਨੂੰ ਛੱਡਣ ਦਾ ਐਲਾਨ ਵੀ ਜਿਹੜਾ ਪੁਲਿਸ ਵੱਲੋਂ ਕਰ ਦਿੱਤਾ ਗਿਆ, ਕੋਈ ਸਹਿਮਤੀ ਹੋਈ, ਪੁਲਿਸ ਦੇ ਨਾਲ ਗੱਲਬਾਤ ਹੁੰਦੀ ਹੈ, ਸੋ ਉਸ ਤੋਂ ਬਾਅਦ ਇਹ ਫੈਸਲਾ ਵੀ ਜਿਹੜਾ ਆ ਗਿਆ। ਸੋ ਇਹ ਸਾਰੇ ਘਟਨਾਕ੍ਰਮ ਦੇ ਉੱਤੇ ਕਿਵੇਂ ਇਸ ਨੂੰ ਦੇਖਿਆ ਜਾ ਸਕਦਾ ਹੈ, ਪੰਥਕ ਨਜ਼ਰੀਏ ਤੋਂ ਕਿਵੇਂ ਦੇਖਿਆ ਜਾ ਸਕਦਾ ਹੈ ਕਿ ਜੋ ਹੋ ਰਿਹਾ ਇਹ ਸਹੀ ਹੋ ਰਿਹਾ? ਸਾਰੀ ਗੱਲਬਾਤ ਆਪਾਂ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ, ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਦੇ, ਜੁੜ ਚੁੱਕੇ ਨੇ। ਆਓ ਸਭ ਤੋਂ ਪਹਿਲਾਂ ਵੈਲਕਮ ਕਰੀਏ ਅਤੇ ਫਿਰ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਭਾਈ ਸਾਹਿਬ। ਚੜ੍ਹਦੀ ਕਲਾ ਭਾਅ ਜੀ ਠੀਕ ਠਾਕ? ਚੜ੍ਹਦੀ ਕਲਾ ਜੀ, ਤੁਸੀਂ ਠੀਕ ਹੋ? ਐਨ ਚੜ੍ਹਦੀ ਕਲਾ ਜੀ, ਬਹੁਤ ਵਧੀਆ। ਸੋ ਕਿਵੇਂ ਦੇਖਦੇ ਹੋ ਆਹ ਮਸਲਾ ਜਿਹੜਾ ਚੱਲਿਆ ਹੋਇਆ ਪੰਜਾਬ ਦੇ ਵਿੱਚ ਭਾਨਾ ਸਿੱਧੂ ਨੂੰ ਲੈ ਕੇ? ਬਹੁਤ ਵਧੀਆ ਕੰਮ ਕਰ ਰਹੇ ਸੀ ਆਪਾਂ ਦੇਖਿਆ ਵੀ ਏਜੰਟਾਂ ਦੇ ਕੋਲੋਂ ਪੈਸੇ ਵਾਪਸ ਕਰਾਉਣੇ ਜਾਂ ਫਿਰ ਕਿਸੇ ਮਜ਼ਲੂਮ ਦੀ ਸਾਰ ਲੈਣੀ, ਸੋ ਉਹਨਾਂ ਨੂੰ ਫੜ ਲਿਆ ਜਾਂਦਾ। ਫੜਨ ਤੋਂ ਬਾਅਦ ਐਡਾ ਵੱਡਾ ਜਿਹੜਾ ਰੋਸ ਧਰਨੇ ਹੋਏ, ਮੈਨੂੰ ਨਹੀਂ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੇਲੇ ਵੀ ਇਸ ਤਰ੍ਹਾਂ ਦੇ ਹੋਏ ਹੋਣਗੇ। ਸੋ ਇਹ ਕਿਵੇਂ ਦੇਖਦੇ ਹੋ, ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ, ਕੀ ਪੁਆਇੰਟਸ ਤੁਸੀਂ ਸੋਚਦੇ ਹੋ ਇਹਦੇ ਬਾਰੇ?
ਸੋ ਭਾਈ ਸਾਹਿਬ ਪਹਿਲਾਂ ਤਾਂ ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸਾਡੀ ਆਵਾਜ਼ ਸੰਗਤਾਂ ਤੱਕ ਹਮੇਸ਼ਾ ਵਾਂਗ ਪਹੁੰਚਾਉਂਦੇ ਹਾਂ। ਸੋ ਜੇ ਆਪਾਂ ਝਾਤ ਮਾਰੀਏ ਕਿਸਾਨੀ ਮੋਰਚੇ ਦੌਰਾਨ ਜੋ ਕੁਛ ਹੋਇਆ, ਸੋ ਆਪਾਂ ਉਹਨਾਂ ਬੰਦਿਆਂ ਨੂੰ ਨਾ ਭੁੱਲੀਏ ਜਿਨ੍ਹਾਂ ਨੇ ਜਿਹੜੀ ਪੰਥਕ ਆਵਾਜ਼ ਸੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਕੁਚਲਣ ਦੀ ਕੋਸ਼ਿਸ਼ ਕੀਤੀ, ਸਾਡੇ ਨਿਸ਼ਾਨ ਸਾਹਿਬ ਨੂੰ ਲਾਉਣ ਦੀ ਪਿੱਛੇ ਭੇਜਣ ਦੀਆਂ ਗੱਲਾਂ ਕੀਤੀਆਂ, ਲੰਗਰ ਨੂੰ ਮਹਾਰਾਜ ਨੂੰ ਸੰਗਤਾਂ ਨੂੰ ਕਹਿੰਦੇ ਸੀ ਇਹਨਾਂ ਨੂੰ ਪਿੱਛੇ ਲੈ ਜਾਓ, ਜੇ ਸਿੱਖਾਂ ਦੀ ਇੱਥੇ ਲੋੜ ਨਹੀਂ ਗੀ। ਬਿਲਕੁਲ ਉਹਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਏਜ ਬ੍ਰੈਕਟਾਂ ਹੋ ਗਈਆਂ, ਹੁਣ ਆਪਾਂ ਜੇ ਨੌ ਲੈਣ ਲੱਗ ਗਏ ਤਾਂ ਕਈ ਵਾਰੀ ਕਿਸੇ ਕੋਈ ਮਾਇੰਡ ਵੀ ਕਰ ਸਕਦਾ, ਆਪਾਂ ਚਾਹੁੰਦੇ ਹਾਂ ਇਕੱਠ 'ਚ ਹੋਵੇ ਜੋ ਵੀ ਆ, ਪਰ ਸੰਗਤਾਂ ਆਪ ਸੰਗਤਾਂ ਅਤੇ ਪੰਜਾਬੀ ਲੋਕ ਇਹਨਾਂ ਇਹਨਾਂ ਚੀਜ਼ਾਂ ਦਾ ਆਪ ਜਜਮੈਂਟ ਕਰਨ ਕਿ ਜਦੋਂ ਅੱਗੇ ਕਿਸਾਨੀ ਮੋਰਚਾ ਚੱਲ ਰਿਹਾ ਸੀ ਕਿਹਨਾਂ ਨੇ ਆਪਣਾ ਨੁਕਸਾਨ ਕੀਤਾ ਅਤੇ ਕਰਵਾਇਆ। ਕਿਉਂਕਿ ਜੇ ਆਪਾਂ ਝਾਤ ਮਾਰੀਏ ਪਿੱਛੇ, ਉਦੋਂ ਜਿਹੜੀ ਪੰਥਕ ਗੱਲ ਸੀ ਉਹ ਤਾਂ ਸਿਰਫ ਦੀਪ ਸਿੱਧੂ ਅਤੇ ਕੁਛ ਨੌਜਵਾਨਾਂ 'ਤੇ ਰਹਿ ਗਈ ਸੀ ਅਤੇ ਉਹਨਾਂ ਨਾਲ ਵੀ ਧੱਕੇ ਹੋਏ, ਉਹਨਾਂ ਨੂੰ ਵੀ ਲੋਕਅਪ ਕਰ ਦਿੱਤਾ ਗਿਆ ਸਾਰਾ ਕੌਸਾ, ਅਤੇ ਆਪਾਂ ਆਪਣੀ ਮਸ਼ੀਨਰੀ ਵੀ ਗੁਆ ਰਹੀ, ਕਿੱਥੇ ਲੀਡਰ ਕਹਿੰਦੇ ਸੀਗੇ ਮੋਦੀ ਦੀ ਹੈਕ 'ਤੇ ਟਰੈਕਟਰ ਚੜ੍ਹਾ ਦਾਂਗੇ, ਪਤਾ ਨਹੀਂ ਉਹ ਗੂੰਜਣਾ ਉਹਦੀ ਛਾਤੀ ਹਿਲਾ ਦੇ, ਪਤਾ ਨਹੀਂ ਕੀ ਕੁਛ ਕਹਿੰਦੇ ਸੀਗੇ। ਅਤੇ ਉਦੋਂ ਬਾਅਦ ਯੂਟਰਨ, ਰਾਤ ਨੂੰ ਯੂਟਰਨ ਹੋਈ ਅਤੇ ਤੁਹਾਨੂੰ ਪਤਾ ਸਟੇਜ 'ਤੇ ਕੀ ਕੁਛ ਹੋਇਆ, ਉੱਥੇ ਕਈ ਨੌਜਵਾਨ ਗਏ, ਉਹਨਾਂ ਤੋਂ ਨਹੀਂ ਨੌਜਵਾਨੀ ਦਾ ਜਿਹੜੇ ਪੰਜਾਬੀ ਸੀ ਸੈਕਸੀ ਹਰਿਆਣਵੀ ਸੀ ਨਹੀਂ ਕੰਟਰੋਲ ਹੋਏ, ਫਿਰ ਉਦੋਂ ਜਾ ਕੇ ਦੀਪ ਨੇ ਕੰਟਰੋਲ ਲਿਆ। ਉਦੋਂ ਗਾਂਹ ਕੀ ਹੁੰਦਾ, ਉੱਥੇ ਹੋਇਆ ਉਹੀ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਵੀ ਹਾਂ ਆਪਾਂ ਲਾਲ ਕਿਲੇ 'ਤੇ ਜਾਵਾਂਗੇ, ਨੌਜਵਾਨ ਵੀ ਗਏ, ਸਾਰੀਆਂ ਸੰਗਤਾਂ ਗਈਆਂ, ਆਮ ਪੰਜਾਬੀ ਵੀ ਹਰਿਆਣਵੀ ਵੀ ਸਾਰੇ ਗਏ। ਅਤੇ ਉਦੋਂ ਬਾਅਦ ਉਦੋਂ ਆਪਣੀ ਸਕਸੈਸ ਸਟੋਰੀ ਹੋਣੀ ਚਾਹੀਦੀ ਸੀ, ਉਹ ਇਹ ਸਾਡੀ ਬਦਕਿਸਮਤੀ ਇਹੋ ਜਿਹੇ ਅਸੀਂ ਲੀਡਰਸ਼ਿਪ ਦੇ ਹੱਥ ਉਹ ਰੇਸ ਕਹਿ ਲਓ ਕਮਾਂਡ ਦੇ ਤੀ ਕਿ ਉਹਨਾਂ ਨੇ ਅਗਲੇ ਦਿਨ ਆਪਣੇ ਨੌਜਵਾਨਾਂ ਨੂੰ, ਦੀਪ ਨੂੰ ਵੀ, ਈਵਨ ਲੱਖੇ ਨੂੰ ਵੀ ਉਦੋਂ ਵੰਡਿਆ। ਪਰ ਜੇ ਆਪਾਂ ਫਾਸਟ ਫੋਰਵਰਡ ਥੋੜ੍ਹਾ ਜਿਹਾ ਕਰੀਏ ਕਿ ਦੀਪ ਨੂੰ ਫਿਰ ਵੀ ਉਹਨਾਂ ਸਟੇਜਾਂ ਦੇ ਨੇੜੇ ਨਹੀਂ ਲੱਗਣ ਦਿੱਤਾ, ਬਹੁਤ ਬੁਰੀ ਤਰ੍ਹਾਂ ਉਹਨੂੰ ਟਾਰਗੇਟ ਕੀਤਾ, ਪਰ ਲੱਖੇ ਨੂੰ ਫਿਰ ਵੀ ਉਹਨਾਂ ਨੇ ਕਲੋਸ ਲਿਆਂਦਾ, ਬੱਬੂ ਮਾਨ ਨੂੰ ਵੀ ਕਲੋਸ ਲਿਆਂਦਾ। ਸੋ ਇਹ ਸੋਚਣ ਵਾਲੀ ਗੱਲ ਆ ਕਿ ਦੀਪ ਜਾਣੀ ਮਾੜਾ ਸੀਗਾ ਅਤੇ ਬਾਕੀ ਦੇ ਸਾਊ ਪੁੱਤ ਸੀਗੇ, ਇਹੀ ਗੱਲ ਹੋਈ, ਫਿਰ ਕੁਛ ਹੈ ਉੱਥੇ। ਸੋ ਅਸੀਂ ਇਹ ਨਹੀਂ ਕਿਸੇ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ, ਪਰ ਆਪਾਂ ਵਾਰ ਵਾਰ ਸੇਮ ਮਿਸਟੇਕਾਂ ਨਾ ਬਣਾਈ ਜਾਈਏ। ਹੁਣ ਜੇ ਭਾਣੇ ਸਿੱਧੂ 'ਤੇ ਆਈਏ, ਉਹਦੇ ਨਾਲ ਠੀਕ ਆ, ਉਹ ਵਧੀਆ ਕੰਮ ਕਰਦਾ ਸੀ, ਭਾਈ ਭਾਈ ਅੰਮ੍ਰਿਤਪਾਲ ਸਿੰਘ ਮਾੜਾ ਕਰਦਾ ਸੀ, ਦੀਪ ਸਿੱਧੂ ਮਾੜਾ ਕਰਦਾ ਸੀ, ਇਹ ਚੀਜ਼ਾਂ ਸਾਨੂੰ ਵਿਚਾਰਨ ਦੀ ਲੋੜ ਆ। ਜਿੰਨੇ ਚਿਰ ਅਸੀਂ ਸਿਆਣਫ ਨਾਲ ਬਹਿ ਕੇ ਨਾ ਵਿਚਾਰੀਆਂ, ਉਹੀ ਚੀਜ਼ਾਂ ਸਾਡੇ ਨਾਲ ਰਿਪੀਟ ਹੋ ਜਾਣੀਆਂ ਕਿਸਾਨੀ ਮੋਰਚੇ ਵਾਲੀਆਂ, ਜਿੱਥੇ ਸਾਡੀ ਨੌਜਵਾਨੀ ਜੇਲ੍ਹਾਂ ਦੇ ਧੱਕੇ ਖਾਓ, ਸਾਡੇ ਪਰਿਵਾਰ ਤੰਗ ਹੋ ਗਏ, ਸਾਡੀ ਮਸ਼ੀਨਰੀ ਗਲੂ। ਜੇ ਹੁਣ ਤੁਸੀਂ ਕੱਲ੍ਹ ਵਾਲੀ ਪਿਕਚਰਾਂ ਦੇਖੀਆਂ ਹੁਣ, ਉਹਦੇ ਵਿੱਚ ਉਹੀ ਜਿਹੜਾ ਕਿਸਾਨੀ ਮੋਰਚੇ ਵਾਲੀਆਂ ਸੀਨਾਂ ਜਦੋਂ ਬੈਰੀਕੇਡ ਭੰਨ ਰਹੇ ਸੀ ਨੌਜਵਾਨ, ਹਨਾ, ਸੋ ਉਹ ਆਪਦੀਆਂ ਗੱਡੀਆਂ ਨਾਲ ਮਸ਼ੀਨਰੀ ਨਾਲ ਬੈਰੀਕੇਡ ਭੰਨ ਰਹੇ ਆ, ਪਤਾ ਨਹੀਂ ਉਹਨਾਂ 'ਤੇ ਵੀ ਪਰਚੇ ਹੋ ਸਕਦੇ, ਸਾਰਾ ਕੁਛ ਆ। ਅਤੇ ਉਹ ਦੁਬਾਰਾ ਮੈਨੂੰ ਤਾਂ ਇਹ ਲੱਗਿਆ, ਕੁਛ ਗੱਲੋਂ ਤਾਂ ਆਪਾਂ ਨੂੰ ਇਹ ਲੱਗਦਾ ਵੀ ਹਾਂ ਬਈ ਦੇਖੋ ਸਾਡੇ ਪੰਜਾਬੀ ਲੋਕ ਫਿਰ ਐਕਟਿਵ ਹੋ ਗਏ ਆ, ਸਿੱਖ ਫਿਰ ਐਕਟਿਵ ਹੋ ਗਏ ਆ, ਕੁਛ ਕਰ ਰਹੇ ਆ, ਪਰ ਕਰਕੇ ਆਪਾਂ ਨੂੰ ਸਿਆਣੇ ਹੋਣਾ ਚਾਹੀਦਾ ਵੀ ਸਾਡਾ ਨੁਕਸਾਨ ਵਾਰ ਵਾਰ ਤਾਂ ਨਹੀਂ, ਉਵੇਂ ਹੀ ਤਾਂ ਨਹੀਂ ਕਰਾਈ ਜਾਂਦੀਆਂ ਸਰਕਾਰਾਂ। ਹੁਣ ਦੇਖੋ ਪਿੱਛੇ ਕੀ ਹੋਇਆ ਸੀਗਾ ਕੌਂਕੇ ਸਾਹਿਬ ਦਾ, ਆਪਣੇ ਜਥੇਦਾਰ ਸਾਹਿਬ ਦਾ ਜਿਹੜੀ ਉਹ ਰਿਪੋਰਟ ਆਈ ਸੀਗੀ, ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਕਹਿੰਦੇ NSA ਇੱਕ ਸਾਲ ਦੀ ਸੀਗੀ, ਉਹ ਸੂਨ ਰਿਨਿਊਅਲ ਲਈ ਆ। ਇਹ ਸਾਰੇ ਰੌਲੇ ਗੌਲੇ 'ਚ ਇਹ ਨਾ ਕਿਤੇ ਹੋ ਜਾਵੇ ਆਹ ਸਾਰਾ ਸਾਡਾ ਦਬਾ ਦਿੱਤਾ ਜਾਵੇ, ਸਾਡਾ ਫੇਰ ਘਾਣ ਹੋਵੇ। ਕਿਉਂਕਿ ਜੇ ਹੁਣ ਮੈਂ ਇਕੱਲਾ ਜਾਂ ਤੁਸੀਂ ਹੋ, ਸਾਡਾ ਇਕੱਲਿਆਂ ਦਾ ਮੈਟਰ ਨਹੀਂ ਕਰਦਾ,
ਆਪਾਂ ਜਿਵੇਂ ਦੀਪ ਕਹਿੰਦਾ ਸੀਗਾ ਕਿ ਇਹ ਸਾਡੀ ਫਸਲਾਂ ਦੀ ਨਹੀਂ ਨਸਲਾਂ ਦੀ ਗੱਲ ਆ, ਸਾਡੇ ਪਾਤਸ਼ਾਹੀ ਦਾਅਵੇ ਦੀ ਸੋਵਰੇਨਿਟੀ ਦੀ ਗੱਲ ਆ। ਐਕਚੁਅਲੀ ਜਦੋਂ ਵੀ ਸਾਡੇ ਨਾਲ ਕੁਛ ਹੁੰਦਾ ਆਪਾਂ ਨੂੰ ਇਹ ਲੱਗਦਾ ਆਜ਼ਾਦੀ ਹੀ ਇਹਦਾ ਹੱਲ ਆ, ਇਹ ਲੱਗਦਾ ਨਾ। ਸੋ ਇਹ ਜਿਹੜੇ ਕੌਸਕ ਲੀਡਰਸ਼ਿਪ ਹੈਗੇ ਆ, ਹੁਣ ਇਹਨਾਂ ਨੂੰ ਆਪਾਂ ਪਛਾਣੀਏ ਕਿ ਕਿਸਾਨੀ ਮੋਰਚੇ 'ਚ ਇਹਨਾਂ ਦਾ ਕੀ ਰੋਲ ਸੀ। ਉੱਥੇ ਤਾਂ ਨਹੀਂ ਕਿਤੇ ਇਹਨਾਂ ਨੇ ਸਾਨੂੰ ਸੈਲ ਆਊਟ ਕੀਤਾ, ਉੱਥੇ ਤਾਂ ਨਹੀਂ ਸੀ ਕਿਤੇ ਇਹ ਕਹਿੰਦੇ ਸੀ ਨਹੀਂ ਯਾਰ ਇਹ। ਤੁਹਾਨੂੰ ਯਾਦ ਹੋਣਾ ਇੱਕ ਪ੍ਰੈਸ ਕਾਨਫਰੰਸ ਸੀਗਾ, ਉੱਥੇ ਦੀਪ ਨੂੰ ਸਵਾਲ ਖਾਲਿਸਤਾਨ ਬਾਰੇ ਕੀਤਾ ਗਿਆ। ਮੈਂ ਕਹਿੰਦਾ 80-90-95% ਲੋਕ ਜਿਹੜੇ ਦੀਪ ਦੇ ਪਿੱਛੇ ਬੈਠੇ ਸੀ ਚੜ ਰਹੇ ਸੀਗੇ। ਹੁਣ ਮੈਂ ਨਾਂ ਨਹੀਂ ਲੈਣਾ, ਉਹ ਵੀਡੀਓ ਟਿਕਟੋਕ ਵਗੈਰਾ 'ਤੇ ਨਿਕਲ ਆਉਂਦੀਆਂ, ਉਹ ਆਪਾਂ ਦੇਖੀਏ ਕਿਹੜੇ ਬੰਦੇ ਚੜ ਰਹੇ ਸੀਗੇ ਕਰਕੇ। ਦੀਪ ਅੱਜ ਵੀ ਅਸੀਂ ਗੱਲ ਕੀਤੀ, ਦੀਪ ਸਾਡੇ ਲਈ ਬਹੁਤ ਉਹ ਇੱਕ ਕਿਸਮ ਦਾ ਹੀਰਾ ਸੀ, ਉਹ ਸਾਡਾ ਗੁਆਚ ਗਿਆ ਹੈ ਨਾ। ਇਹ ਕੁਛ ਕੁ ਬੰਦੇ ਜਿਹੜੇ ਹਜੇ ਵੀ ਲੀਡ ਕਰ ਰਹੇ ਆ, ਇਹਨਾਂ ਨੇ ਉਹਨੂੰ ਅਟੈਕ ਕੀਤਾ, ਸਾਨੂੰ ਕਦੇ ਨਹੀਂ ਭੁੱਲਣਾ। ਹਾਂ ਅਸੀਂ ਚਾਹੁੰਦੇ ਹਾਂ ਵੀ ਇਕੱਠੇ ਰਹਿ ਕੇ ਹੱਲ ਹੋਵੇ, ਵਧੀਆ ਰਿਜ਼ਲਟ ਨਿਕਲੇ, ਪਰ ਨੋਟ ਐਟ ਐਨੀ ਕੋਸਟ ਐਨੀ ਮੋਰ। ਇਹ ਨਹੀਂ ਕੋਸਟ ਕਿ ਸਾਨੂੰ ਕੋਈ ਵਰਤ ਜਾਵੇ, ਬਾਪ ਤੁਸੀਂ ਉਹ ਵੱਡੀਆਂ ਸਟੇਜਾਂ 'ਤੇ ਬੈਠੋ, ਬਾਅਦ 'ਚ ਤੁਹਾਡੀ ਅੰਦਰ ਕੋਈ ਗੱਲ ਹੋਵੇ। ਜਿੱਦਾਂ ਦੀਪ ਨੂੰ ਚੱਕ ਕੇ ਅੰਦਰ ਮਾਰਿਆ, ਦੇਖੋ ਸੁਪਰ ਸਟਾਰ ਅੰਦਰ ਮਾਰਿਆ, ਅਤੇ ਹੋਰ ਜਿਹੜੇ ਸੋ ਕਾਲਡ ਲੀਡਰ ਸੀ ਉਹ ਬਾਹਰ ਤੁਰੇ ਫਿਰਦੇ ਆ, ਉਹਨਾਂ ਨੂੰ ਪੁਲਿਸ ਨਾਲ ਕੋਈ ਨਹੀਂ ਪਤਾ ਨਹੀਂ, ਪੁਲਿਸ ਨਾਲ ਅੰਦਰ ਐਗਰੀਮੈਂਟ ਹੋ ਜਾਂਦੀ ਹੈ। ਮੈਨੂੰ ਤਾਂ ਇੱਥੇ ਤੱਕ ਵੀ ਸੁਣ 'ਚ ਆਇਆ ਕਿ ਇਹ ਜਿਹੜੀ ਸਾਰੀ ਚੀਜ਼ ਆ ਇਹ ਗੌਰਮੈਂਟ ਵੱਲੋਂ ਬਣਾਈ ਗਈ ਆ, ਹੋ ਸਕਦਾ ਇਹ ਗਲਤ ਖਬਰ ਹੋਣ, ਪਰ ਇਹ ਸੋਚਣਾ ਚਾਹੀਦਾ ਆਪਾਂ ਨੂੰ ਚੀਜ਼ਾਂ ਵੀ ਕਿਤੇ ਵਾਕਈ ਇਹਦੇ 'ਚ ਕੁਛ ਸਬਸਟੈਂਸ ਤਾਂ ਨਹੀਂ। ਕਹਿੰਦੇ ਵੀ ਗੌਰਮੈਂਟ ਨੇ ਜਾਣ ਕੇ ਚੀਜ਼ ਪੇਸ਼ ਕੀਤੀ ਆ, ਸਾਰਾ ਬਣਾ ਤਾ, ਉਹ ਜਿੱਦਾਂ ਮੂਵਮੈਂਟ ਹੋਊਗੀ, ਅਤੇ ਜਾਣੀ ਇਹ ਪਹਿਲਾਂ ਹੀ ਪਲਾਨ ਸੀਗਾ ਵੀ ਇੱਦਾਂ ਇੱਦਾਂ ਭਾਣਾ ਸਿੱਧੂ ਨੂੰ ਛੱਡਣਾ। ਭਾਣਾ ਸਿੱਧੂ ਸਾਡਾ ਟਾਰਗੇਟ ਉਹ ਆ ਜਿਹੜਾ ਸਾਡਾ ਸਾਰਾ ਆਹ 35-40 ਸਾਲ ਜਾਂ ਉਦੋਂ ਪਹਿਲਾਂ ਵੀ ਜਿਹੜਾ ਸਾਡਾ ਘਾਣ ਕੀਤਾ ਗਿਆ, ਸਾਡਾ ਟਾਰਗੇਟ ਇਹ ਆ ਕਿ ਇੱਕ ਵਿਅਕਤੀ ਨੂੰ ਅਸੀਂ ਛੁਡਾਉਣਾ ਬਚਾਉਣਾ। ਜਿਹੜਾ ਸਾਡੇ ਦੇਖੋ ਬੰਦੀ ਸਿੰਘ ਹੋ ਗਏ, ਜਿਹੜਾ ਏਡੀ ਸਾਡੀ ਬੇਇਨਸਾਫੀ ਹੋਈ, 35-40 ਸਾਲ ਕਤਲੇਆਮ ਹੋਇਆ, ਐਥਨਿਕ ਕਲੈਂਜ਼ਿੰਗ ਜੈਨੋਸਾਈਡ ਹੋਈ, ਉਹਦਾ ਇਨਸਾਫ ਨਹੀਂ ਮਿਲਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਅਤੇ ਬਾਣੀ ਦੇ ਵਿਆਦ ਵੀ ਕੀਤੀ ਗਈ, ਉਹ ਵੀ ਇਹਨਾਂ ਸਿਆਸੀ ਪਾਰਟੀਆਂ ਵੱਲੋਂ, ਉਹਦਾ ਕੋਈ ਇਨਸਾਫ ਨਹੀਂ। ਹੁਣ ਵੀ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਕੀ ਗਲਤ ਕਰਦੇ ਸੀ, ਉਹਨਾਂ ਨੂੰ ਵੀ ਚੱਕ ਕੇ ਅੰਦਰ ਮਾਤਾ, 2,500 ਕਿਲੋਮੀਟਰ ਦੂਰ ਉਹਨਾਂ ਨੂੰ ਜੇਲ੍ਹਾਂ 'ਚ ਸੈੱਟ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰਦੇ ਆ। ਆਪਾਂ ਨੂੰ ਕੀ ਪਤਾ ਕੀ ਹੋ ਰਿਹਾ। ਜਗਤਾਰ ਸਿੰਘ ਜੌਹਲ ਇਹਨਾਂ ਚੀਜ਼ਾਂ ਬਾਰੇ ਇਹ ਦੇਖੀਏ, ਜਿਹੜੇ ਆਹ ਧਰਨੇ ਹੁਣ ਦੁਬਾਰਾ ਲਾਏ ਜਾ ਰਹੇ ਆ, ਮਾੜੀ ਗੱਲ ਨਹੀਂ, ਅਸੀਂ ਇਹ ਨਹੀਂ ਕਹਿੰਦੇ, ਪਰ ਇਹਨਾਂ 'ਚ ਇਹ ਚੀਜ਼ਾਂ ਵਿਚਾਰੀਆਂ ਜਾਣੀਆਂ ਚਾਹੀਦੀਆਂ ਵੀ ਸਾਨੂੰ ਭਾਣਾ ਸਿੱਧੂ ਨਹੀਂ ਚਾਹੀਦਾ, ਸਾਨੂੰ ਆਹ ਸਾਰੇ ਦਾ ਹੱਲ ਚਾਹੀਦਾ, ਪ੍ਰੈਸ਼ਰ ਪੈਣਾ ਚਾਹੀਦਾ। ਅੱਛਾ, ਤੁਹਾਡੇ ਕਹਿਣ ਤੋਂ ਮੈਂ ਭਾਵ ਇਹ ਸਮਝਦਾ ਹਾਂ ਵੀ ਜਿਵੇਂ ਕਿਸਾਨੀ ਮੋਰਚਾ ਜਦੋਂ ਲੱਗਿਆ, ਸਿੱਖੀ ਸਪਿਰਿਟ ਨੂੰ ਵਰਤ ਕੇ ਉਸ ਵੇਲੇ ਕੰਮ ਜਿਹੜਾ ਹੈਗਾ, ਫਿਰ ਉਹ ਕੰਮ ਰੈਡੀ ਜਿਹੜੇ ਆਪਣਾ ਕਰ ਗਏ, ਇਹੀ ਹੋਇਆ ਨਾ ਉਦੋਂ। ਉਹਨਾਂ ਨੇ ਫਿਰ ਪੈਸਾ ਵੀ ਬਹੁਤ ਬਣਾਇਆ ਕਰਕੇ, ਜਕਾਰਿਆਂ ਦੀ ਛਾਂ ਹੇਠ ਦਿੱਲੀ ਤੱਕ ਕੂਚ ਕਰ ਗਏ, ਪਹੁੰਚ ਗਏ ਉੱਥੇ ਜਾ ਕੇ। ਉਸ ਤੋਂ ਬਾਅਦ ਕਹਿੰਦੇ ਵੀ ਤੁਹਾਨੂੰ ਪੰਥਕਾਂ ਨੂੰ ਅੱਗੇ ਨਹੀਂ ਆਉਣ ਦੇਣਾ। ਹੁਣ ਵੀ ਜਿਹੜੀ ਪੰਜਾਬ ਦੇ ਵਿੱਚ ਭਾਨੇ ਸਿੱਧੂ ਨੂੰ ਛੁਡਾਉਣ ਦੀ ਜਿਹੜੀ ਮੁਹਿੰਮ ਚੱਲੀ ਹੋਈ, ਉੱਥੇ ਵੀ ਜਕਾਰੇ ਲੱਗ ਰਹੇ ਨੇ, ਸਿੱਖੀ ਸਪਿਰਿਟ ਕੰਮ ਕਰ ਰਹੀ ਹੈ। ਪਰ ਗੱਲ ਇਹ ਹੈ ਵੀ ਜਦੋਂ ਗੱਲ ਅਸਲ ਦੇ ਵਿੱਚ ਆਉਂਦੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ, ਉਹਨਾਂ ਨੂੰ ਛੁਡਾਉਣ ਦੀ, ਉਦੋਂ ਐਡੇ ਧਰਨੇ ਵੀ ਨਹੀਂ ਲੱਗਦੇ, ਇਹੀ ਨੌਜਵਾਨ ਨੇ ਨਾ। ਹੁਣ ਬੰਦੀ ਸਿੰਘਾਂ ਦੇ ਵਾਸਤੇ ਵੀ ਜੇ ਇੱਦਾਂ ਦਾ ਮੋਰਚਾ ਜਿਹੜਾ ਲਾਇਆ ਜਾਵੇ ਜਿੱਥੋਂ ਪੰਜਾਬ 'ਚੋਂ ਭਾਰਤ 'ਚੋਂ ਪੂਰੇ ਪੰਜਾਬ 'ਚੋਂ ਨੌਜਵਾਨ ਆਉਣ, ਸੋ ਇਸ ਤਰੀਕੇ ਦੇ ਨਾਲ ਜੇ ਕੰਮ ਕਰਨ ਤਾਂ ਹੋ ਸਕਦਾ ਬੰਦੀ ਸਿੰਘ ਛੱਡਣ ਲਈ ਵੀ ਸਰਕਾਰ ਰਾਜ਼ੀ ਹੋ ਜਾਏ। ਸੋ ਮਤਲਬ ਕਿਤੇ ਨਾ ਕਿਤੇ ਸਾਡਾ ਫਿਊਲ ਜਿਹੜਾ
ਹੈਗਾ ਉਹ ਵਰਤ ਲਿਆ ਜਾਂਦਾ, ਅਸਲ ਮੁੱਦੇ ਜਿਹੜੇ ਆ ਉਹਨਾਂ ਤੱਕ ਪਹੁੰਚ ਨਹੀਂ ਹੁੰਦੀ। ਸਾਨੂੰ ਰੀਸੋਰਸਿਸ ਸਾਡੀਆਂ ਵਰਤ ਲਈਆਂ ਜਾਂਦੀਆਂ, ਸਾਡਾ ਟਾਈਮ ਅਤੇ ਜਿਹੜੀ ਸਾਡੀ ਜਿਹੜੀਆਂ ਚੀਜ਼ਾਂ ਟਰੈਕਟਰ ਮਸ਼ੀਨਰੀ ਕਾਰਾਂ ਵਗੈਰਾ ਸਾਰਾ ਕੁਛ ਬੰਦਾ ਡਰੇਨ ਹੋ ਜਾਂਦਾ ਹੈ ਨਾ। ਇਹ ਗੌਰਮੈਂਟ ਦੀ ਚਾਲ ਆਵੇ ਉੱਤੇ ਦੇ ਉੱਤੇ ਇਸ਼ੂ ਸਿੱਟੀ ਜਾਓ, ਇਹਨਾਂ ਨੂੰ ਪਜ਼ਲ ਕਰੀ ਰੱਖੋ, ਅਸੀਂ ਆਪਦਾ ਐਕਸ਼ਨ ਬੈਕਗਰਾਊਂਡ 'ਚ ਕਰੀ ਜਾਂਦੇ ਹਾਂ। ਹੁਣ ਵੀ ਤੁਸੀਂ ਦੇਖਿਆ ਹੋਣਾ ਸ਼ਾਇਦ ਗਵਰਨਰ ਨੇ ਰਿਜ਼ਾਈਨ ਕਰਤਾ, ਪੰਜਾਬੀ ਗਵਰਨਰ ਨੇ ਰਿਜ਼ਾਈਨ ਕਰਤਾ ਲਿਆਂਦਾ ਕਿਹਨੂੰ? ਕਿਰਨ ਬੇਦੀ ਨੂੰ, ਜਿਹੜੇ ਨਾ ਇਹਨਾਂ ਦੇ ਪੁਰਾਣੇ ਫੇਸ ਆ। ਇਹ ਕਿਰਨ ਬੇਦੀ ਜਿਹੜੇ ਆਪਣਾ ਕੇਜਰੀਵਾਲ ਆ ਉਹਦੇ ਨਾਲ ਕਲੋਸ ਆ। ਸੋ ਮਤਲਬ ਇਹ ਆ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੋ ਕੀ ਰਿਹਾ ਆਹ ਰੌਲੇ ਗੌਲੇ ਦੇ ਵਿੱਚ। ਹੁਣ ਉੱਥੇ ਦੇਖੋ ਇੰਨੇ ਨੌਜਵਾਨੀ, ਇੰਨੇ ਪੰਜਾਬੀ ਲੋਕ ਗਏ ਆ, ਹੋਰ ਵੀ ਸ਼ਾਇਦ ਬਾਹਰਲੀਆਂ ਸਟੇਟਾਂ ਤੋਂ ਆਏ ਹੋਣ, ਉਹ ਸਾਰਾ ਕੁਛ ਆਪਦਾ ਛੱਡ ਕੇ ਜਾਂਦੇ ਆ। ਘਰ ਪਤਾ ਨਹੀਂ ਉਹਨਾਂ ਦੀ ਕੀ ਪ੍ਰੋਬਲਮਾਂ ਹੋਣੀਆਂ। ਕਿੰਨੀ ਕੁ ਵਾਰ ਅਸੀਂ ਇਹ ਵਾਰ ਵਾਰ ਕਹਿੰਦੇ, ਇੰਗਲਿਸ਼ ਕਹਾਵਤ ਆ ਕਹਿੰਦੇ ਕਿ ਫਸਟ ਸਾਈਨ ਆਫ ਮੈਡਨੈਸ ਇਹ ਆ ਕਿ ਵਾਰ ਵਾਰ ਚੀਜ਼ ਕਰੀ ਜਾਓ ਤਾਂ ਐਕਸਪੈਕਟ ਕਰੋ ਰਿਜ਼ਲਟ ਅਲੱਗ ਨਿਕਲੂਗਾ। ਰਿਜ਼ਲਟ ਅਲੱਗ ਨਿਕਲ ਨਹੀਂ ਰਿਹਾ ਅਤੇ ਅਸੀਂ ਵਾਰ ਵਾਰ ਉਹਨਾਂ ਚੀਜ਼ਾਂ 'ਤੇ। ਇੱਕ ਹੋਰ ਗੱਲ ਅਸੀਂ ਇਹ ਵੀ ਪਛਾਣੀਏ ਕਿ ਜਿਹੜੇ ਹੁਣ ਵੀ ਲੀਡ ਕਰ ਰਹੇ ਇਹਨਾਂ 'ਚੋਂ ਕਿੰਨੇ ਕੁ ਪੰਥਕ ਫੇਸ ਨੇ, ਕਿਉਂਕਿ ਪੰਥਕ ਫੇਸਾਂ ਨਾਲ ਬਹੁਤ ਐਲਰਜੀ ਸੀ, ਕਿਸਾਨੀ ਮੋਰਚੇ 'ਚ ਬਹੁਤ ਐਲਰਜੀ ਸੀ। ਜੇ ਉਦੋਂ ਪੰਥਕ ਫੇਸ ਨਾ ਹੁੰਦੇ ਦਿੱਲੀ ਅਸੀਂ ਨਹੀਂ ਸੀ ਪਹੁੰਚਣਾ। ਉੱਥੇ ਜਿਹੜੇ ਕਿਸਾਨੀ ਲੀਡਰ ਸੀ ਉਹ ਤਾਂ ਰਾਹ 'ਚ ਹੀ ਬੈਠ ਕੇ ਖੁਸ਼ ਹੋ ਗਏ ਸੀਗੇ। ਭਾਜੀ ਲੰਗਰ ਸਿੱਖਾਂ ਦਾ ਹੁੰਦਾ, ਕਾਮਰੇਡਾਂ ਦਾ ਥੋੜ੍ਹੀ ਹੁੰਦਾ। ਇੰਨੇ ਲੰਗਰ ਬਦਾਮਾਂ ਦੇ ਚੱਲੇ ਉੱਥੇ, ਦੂਜਾ ਦੁੱਧ ਛਕਦੇ ਰਹੇ, ਆਲੇ ਦੁਆਲੇ ਦਿੱਲੀ ਦੇ ਜਿਹੜੇ ਲੋਕਲ ਲੋਕ ਸੀਗੇ ਉਹ ਵੀ ਖਾਂਦੇ ਪੀਂਦੇ ਰਹੇ, ਸਿੱਖੀ ਸਪਿਰਿਟ ਜਿਹੜੀ ਹੁੰਦੀ ਰਹੀ ਉੱਥੇ ਚੜ੍ਹਦੀ ਰਹੀ ਹੈ। ਸੋ ਕਾਮਰੇਡਾਂ 'ਚ ਤਾਂ ਇੱਦਾਂ ਦਾ ਕੋਈ ਕੰਸੈਪਟ ਨਹੀਂ ਹੈਗਾ, ਨਹੀਂ ਹੈ ਹੀ ਨਹੀਂ। ਅਤੇ ਲੋਕ ਤਾਂ ਰੋਂਦੇ ਸੀਗੇ ਜਦੋਂ ਸਿੱਖ ਮੁੜ ਕੇ ਆ ਰਹੇ ਸੀ। ਉਹ ਉਹਨਾਂ ਨਾਲ ਤਾਂ ਜਿਨ੍ਹਾਂ ਨੇ ਆਪਦੀਆਂ ਧੀਆਂ ਭੈਣਾਂ ਬਣਾ ਲਈਆਂ ਸੀ ਉਹ ਨਾਲ ਆ ਗਏ, ਜਿਹੜੇ ਗਰੀਬ ਸੀਗੇ ਵੀ ਅਸੀਂ ਤੁਹਾਡੇ ਨਾਲ ਕੋਈ ਚਲੋ ਕੋਈ ਕੰਮ ਕਰਕੇ ਆਪਦੀ ਵੀ ਰੋਜ਼ੀ ਰੋਟੀ ਦਾ ਸਾਧਨ ਬਣਾ ਲਾਂਗੇ। ਇਹ ਵੀ ਗੱਲਾਂ ਹੋਈਆਂ। ਕਹਿੰਦੇ ਦਿੱਲੀ ਬਹੁਤ ਕਹਿੰਦੇ ਅਨਸੇਫ ਆ ਬੀਬੀਆਂ ਲਈ, ਕਹਿੰਦੇ ਜਦੋਂ ਸਿੱਖ ਉੱਥੇ ਸੀਗੇ ਪੰਜਾਬੀ ਉੱਥੇ ਸੀ ਕਹਿੰਦੇ ਬਹੁਤ ਸੇਫ ਬਣ ਗਿਆ ਸੀ ਉਹਨਾਂ ਟਾਈਮਾਂ 'ਚ। ਸੋ ਇਹ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ। ਅਗੇਨ ਮੈਂ ਤੁਹਾਡੇ ਵਿਊਰਾਂ ਨੂੰ, ਸੰਗਤਾਂ ਨੂੰ ਵੀ, ਤੁਹਾਨੂੰ ਵੀ ਕਹਿਣਾ ਚਾਹੁੰਦਾ, ਆਪਣੀ ਕਿਸੇ ਨਾਲ ਉੱਦਾਂ ਪਰਸਨਲ ਲਾਗ ਡਾਟ ਨਹੀਂ, ਪਰ ਕੰਸਰਨ ਲੱਗਦਾ, ਕੰਸਰਨ ਆ ਕਿ ਹੋ ਕੀ ਰਿਹਾ ਵਾ, ਕਿਤੇ ਸਾਨੂੰ ਰਿਪੀਟ ਉਹੀ ਤਾਂ ਨਹੀਂ ਹੋ ਰਿਹਾ? ਅਤੇ ਹਾਂਜੀ, ਇੱਕ ਹੋਰ ਗੱਲ ਮੈਂ ਕਹਿਣੀ ਚਾਹੁੰਦਾ, ਇਹ ਵੀ ਚੀਜ਼ ਵਾਚ ਕਰੀ ਅਸੀਂ ਜਦੋਂ ਕੋਈ ਹੈ ਨਾ, ਜਿੱਦਾਂ ਭਗਵੰਤ ਮਾਨ ਨੇ ਪੱਗ 'ਚ ਸਿਰ ਫਸਾਇਆ ਕਹਿ, ਇਹ ਟਰਮ ਹੈ ਨਾ ਬਹੁਤ ਬੈਡ ਲੱਗਦੀ ਹੈ ਸਾਨੂੰ, ਪਰ ਵਾਕਈ ਇਹ ਆ, ਜਾਨੀ ਕਿ ਸਾਨੂੰ ਵਰਤਣ ਲਈ, ਪੰਜਾਬੀਆਂ ਨੂੰ, ਸਿੱਖਾਂ ਨੂੰ ਵਰਤਣ ਲਈ ਦਸਤਾਰ ਬਣੀ ਉਹ ਜਿਹਾ ਰੂਪ ਲੈ ਲਿਆ ਜਾਂਦਾ, ਪਰ ਜਿਹੜੀ ਉਹਨਾਂ ਦੀ ਅੰਦਰਲੀ ਆ ਉਹ ਆਪਾਂ ਦੇਖੀਏ ਐਕਚੁਅਲੀ ਕਿੱਥੇ। ਰਾਜਾ ਬਣਿੰਗ ਜਿਹੜਾ ਹੁਣ ਉਹ ਵੀ ਪੱਗ ਬੰਨਣ ਲੱਗ ਪਿਆ ਹੈ ਨਾ, ਸੋ ਇਹ ਮਤਲਬ ਕਿਤੇ ਨਾ ਕਿਤੇ ਇੰਦਰਾ ਵਾਲੀ ਪਾਉਂਦਾ, ਇੰਦਰਾ ਵਾਲੀ ਟੀ-ਸ਼ਰਟ, ਇੰਦਰਾ ਵਾਲੀ ਟੀ-ਸ਼ਰਟ ਪਾ ਕੇ ਦੋਸਤੋ ਰਾਜਾ ਬਣਿੰਗ ਜਿਹੜਾ ਉਹ ਪੱਗ ਬੰਨਦਾ। ਸੋ ਉਹਦੇ ਅੰਦਰ ਕੀ ਆ ਉਹ ਤੁਸੀਂ ਪਤਾ ਲਾ ਸਕਦੇ ਹੋ। ਜਿਹੜਾ ਬੀਬੀ ਇੰਦਰਾ ਦਾ ਬੀਬਾ ਪੁੱਤ ਹੈ ਉਹ ਸਿਰ 'ਤੇ ਪੱਗ ਬੰਨ ਰਿਹਾ, ਕਿਉਂ? ਕਿਉਂਕਿ ਪੰਜਾਬ 'ਚ ਜੇਕਰ ਕਹਿੰਦੇ ਆ ਵੀ ਜੇ ਜਿੱਤ ਹਾਸਲ ਕਰਨੀ ਹੈ, ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਹੈ, ਅਤੇ ਉਹਦੇ ਲਈ ਪੱਗ ਸਿਰ 'ਤੇ ਜ਼ਰੂਰੀ ਹੈ, ਕਿਉਂਕਿ ਸਾਡੇ ਭੋਲੇ ਸਿੱਖ ਜਿਹੜੇ ਨੇ ਉਹ ਸਿਰ 'ਤੇ ਪੱਗ ਦੇਖ ਕੇ ਸਮਝ ਲੈਂਦੇ ਆ ਕਿ ਭਾਈ ਇਹ ਹੀ ਸੱਚਾ ਜਿਹੜਾ ਹੈਗਾ ਉਹ ਇਨਸਾਨ ਹੈਗਾ। ਸੋ ਕੁਛ ਬੰਦੇ ਜਿਹੜੇ ਐਸੇ ਨੇ ਜਿਨ੍ਹਾਂ ਨੇ ਹੁਣ ਰਾਜ ਗੱਦੀਆਂ ਹਾਸਲ ਕਰਨ ਵਾਸਤੇ ਸੋ ਪੱਗ ਜਿਹੜੀ ਹੈ ਉਹਨੂੰ ਅਪਣਾਇਆ। ਅਸੀਂ ਕਿਸੇ ਦੇ ਵਿਰੋਧ ਦੇ ਵਿੱਚ ਨਹੀਂ ਹਾਂ, ਪਰ ਜੇ ਦਿਲੋਂ ਤੁਹਾਡੇ ਵਿੱਚ ਉਸ ਪੱਗ ਵਾਲੀ ਸਪਿਰਿਟ ਹੈ ਜੋ ਪੰਜਾਬ ਮੰਗਦਾ ਹੈ, ਕਿਉਂਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ, ਪੰਥਕ ਗੱਲ ਕਰਨ ਵਾਲਾ ਜਿਹੜਾ ਦਿਲੋਂ ਬੰਦਾ ਹੈਗਾ ਉਹ ਜੀ ਸਦ ਕੇ ਆਵੇ, ਅੱਗੇ ਆਵੇ ਪੋਲਿਟਿਕਸ ਦੇ ਵਿੱਚ, ਪਰ ਜਦੋਂ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਉੱਥੇ ਗੱਲ ਜਿਹੜੀ ਜਾ ਕੇ ਖਰਾਬ ਹੁੰਦੀ ਹੈ, ਜੋ ਕਿਤੇ ਨਾ ਕਿਤੇ ਵਾਰ ਵਾਰ ਹੁੰਦਾ ਰਿਹਾ। ਹੋਰ ਐਡ ਕਰਨਾ ਚਾਹੁੰਦਾ ਭਾਈ ਸਾਹਿਬ, ਦੇਖੋ ਜੇ ਆਪਾਂ ਦੀਪ ਦਾ ਹੈ ਨਾ ਟਰੈਕ ਰਿਕਾਰਡ ਦੇਖੋ, ਦੇਖੋ ਪਹਿਲਾਂ ਮੈਂ ਨਹੀਂ ਸੀ ਜਾਣਦਾ ਉਹਨੂੰ ਜਦੋਂ ਬੰਬੇ ਬੈਠਾ ਸੀਗਾ, ਕੋਵਿਡ 'ਚ ਉਹਨੇ ਵੀਡੀਓ ਬਣਾਈਆਂ ਹਾਸੇ ਜਿਹੇ ਵਾਲੀਆਂ, ਆਹ ਦੇਖੋ ਬਈ ਆਹ ਲੋਕ, ਉਹਨੇ ਸ਼ਬਦ ਤਾਂ ਉਹ ਜਿਹੇ ਵਰਤੇ ਸੀ ਬਈ ਆਹ ਦੇਖੋ ਇਹ ਸਮਝਦੇ ਨਹੀਂ ਗੇ, ਇਹਨਾਂ ਨੂੰ ਕਿਹਾ ਗਿਆ ਬਾਹਰ ਨਹੀਂ, ਆਹ ਦੇਖੋ ਬਾਹਰ ਤੁਰੇ ਫਿਰਦੇ ਆ, ਸੁਪਰ ਕਾਰ 'ਚੋਂ ਮੌਜ ਨਾਲ ਆਪਦੇ ਮਜ਼ੇ ਲੈ ਰਿਹਾ ਹੈ ਨਾ। ਫਿਰ ਕੀ ਹੁੰਦਾ,
ਜਿਹੜਾ ਕਿਸਾਨੀ ਮੋਰਚੇ 'ਚ ਉਹਦੀ ਐਂਟਰੀ ਹੁੰਦੀ ਆ, ਉੱਥੋਂ ਉਹ ਲੀਡ ਲੈ ਜਾਂਦਾ ਹੈ ਨਾ, ਉਹ ਲੀਡ ਕਰਕੇ ਪੁਸ਼ ਕਰਕੇ ਲਿਆਉਂਦਾ ਉਹਨੇ ਜਦੋਂ ਸਟੇਜਾਂ 'ਤੇ ਦੇਖਿਆ ਹੈ ਨਾ। ਸਿਆਣੇ ਲੀਡਰਾਂ ਨੇ ਕੁਛ ਯੰਗਸਟਰਾਂ ਨੇ ਵੀ ਕਹਿਣਾ ਪਊਗਾ, ਇਕੱਲੇ ਸਿਆਣੇ ਹੀ ਨਹੀਂ ਸੀ, ਉਹਨਾਂ ਨੂੰ ਇਹ ਲੱਗਿਆ ਇਹਦਾ ਕੱਦ ਤਾਂ ਸਾਡੇ ਨਾਲ ਵੱਡਾ ਹੋ ਜਾਣਾ, ਹੁਣ ਇਹਨੂੰ ਇੱਦਾਂ ਕਿੱਦਾਂ ਟੈਕਲ ਕਰੀਏ। ਕਈ ਵਾਰੀ ਇਹ ਵੀ ਹੋ ਸਕਦਾ ਸਾਡੇ ਵਿੱਚ ਹੀ ਏਜੰਟ ਤੁਰੇ ਫਿਰਦੇ ਹੋਣ ਜਿਨ੍ਹਾਂ ਨੂੰ ਗੌਰਮੈਂਟਾਂ ਨੇ ਖੜਾ ਕੀਤਾ ਹੁੰਦਾ ਕਿ ਇਹ ਜਦੋਂ ਕੁਛ ਹਿਲਦਾ ਦਿਸਿਆ ਸਿੱਖਾਂ ਵੱਲ। ਹੁਣ ਦੇਖੋ ਦੀਪ ਨਾਂ ਜੋ ਹੋਇਆ, ਇਹਦੇ ਨਾਲ ਮੈਂ ਰਿਲੇਟ ਕਰਦਾ, ਸੋਰੀ ਆਫ ਟੋਪਿਕ ਥੋੜ੍ਹੇ ਜਿਹੇ ਚੱਲ ਗਏ ਪਰ ਸਮਝਾਉਣ ਲਈ, ਹੁਣ ਜਿਹੜਾ ਦੀਪ ਨਾਂ ਹੋਇਆ, ਮੈਂ ਕਹਿੰਦਾ ਜਿਹੜਾ ਉਹਦਾ ਨਾ ਕੌਨਫੀਡੈਂਸ, ਸੈਲਫ ਕੌਨਫੀਡੈਂਸ, ਮਨੋਬਲ ਵੀ ਆਪਾਂ ਕਹਿ ਦਿੰਦੇ ਹਾਂ ਜਾਂ ਮੋਰਾਲ, ਇਹ ਅਸੀਂ ਤੋੜਿਆ। ਜਿਵੇਂ ਉਹਨੂੰ ਪਹਿਲਾਂ ਤਾਂ ਉਹਨੂੰ ਕਹਿਤਾ ਵੀ ਚੱਲ ਤੂੰ ਇੱਦਾਂ ਕਰ ਲਾਲ ਕਿਲੇ 'ਤੇ, ਫਿਰ ਉੱਥੇ ਉਹਨੂੰ ਉਹ ਬਹਿ ਕੇ ਵੀਡੀਓ ਬਣਾ ਰਿਹਾ ਸੀ, ਫਿਰ ਉਹਨੂੰ ਉੱਥੋਂ ਭਜਾਇਆ ਵੀ ਤੈਨੂੰ ਅਟੈਕ ਕਰਾਂਗੇ, ਹੋਰ ਵੀ ਪਤਾ ਨਹੀਂ ਉਹਨੂੰ ਕਿੱਥੇ ਵੱਧ ਘੱਟ ਬੋਲਦੇ ਹੋਣੇ ਆ, ਫਿਰ ਉਹਨੂੰ ਬਾਹਰ ਬਈਆਂ ਨਾਲ ਰਹਿਣਾ ਪਿਆ ਟੈਂਟ 'ਚ ਜਾਂ ਜਿੱਥੇ ਵੀ, ਫਿਰ ਜਦੋਂ ਆਇਆ ਵੀ ਉਹਨੂੰ ਜੇਲ੍ਹ ਭੇਜਿਆ ਗਿਆ, ਫਿਰ ਉਹਨੂੰ ਫਿਰ ਅਟੈਕ ਕਰਦੇ ਹੁੰਦੇ ਸੀਗੇ। ਜਦੋਂ ਬੰਦੀ ਸਿੰਘਾਂ ਦੀ ਗੱਲ ਵੀ ਹੋਈ, ਉੱਥੇ ਵੀ ਸਾਡੇ ਕੌਸਕ ਲੀਡਰ ਉਹਨੂੰ ਸਮਝਣ ਲੱਗ ਗਏ ਵੀ ਇਹ ਸਾਡੇ ਨਾਲ ਕੱਦ ਫਿਰ ਵੱਡਾ ਹੋ। ਜਦੋਂ ਚੰਡੀਗੜ੍ਹ ਗਏ ਨਾ ਗਵਰਨਰ ਨੂੰ ਮਿਲਣ, ਕਹਿੰਦੇ ਵੀ ਦੀਪ ਕਿਉਂ ਚਲੇ ਗਿਆ, ਦੀਪ ਰਾਜਪਾਲ ਦੇ ਨਾਲ ਜਾ ਕੇ ਗੱਲਬਾਤ ਕਰਕੇ ਆਉਂਦਾ ਹੈ, ਅਤੇ ਰਾਜਪਾਲ ਉਹਨੂੰ ਵਿਸ਼ਵਾਸ ਵੀ ਦਿਵਾਉਂਦਾ ਵੀ ਮੈਨੂੰ ਲਿਆ ਕੇ ਦਿਓ ਡਾਟਾ, ਆਪਾਂ ਕਰਦੇ ਹਾਂ ਇਹਦੇ ਉੱਤੇ ਕੰਮ। ਸੋ ਉਦੋਂ ਵੀ ਕੁਛ ਪੰਥਕ ਜਿਹੜੇ ਸੀ ਕਹਾਉਣ ਵਾਲੇ, ਉਹਨਾਂ ਨੇ ਪੋਸਟਾਂ ਪਾ ਕੇ ਕਿਹਾ ਵੀ ਦੀਪ ਨਹੀਂ ਸੀ ਉੱਥੇ ਜਾਣਾ ਚਾਹੀਦਾ। ਸੋ ਇੱਦਾਂ ਕੁਛ ਗੱਲ ਹੋਈ ਸੀ, ਇਹ ਮੋਨਾ ਇਹ ਕਿੱਦਾਂ ਸਾਡੇ ਪੰਥਕ ਮਸਲੇ ਕਰ ਸਕਦਾ। ਫਿਰ ਕੀ ਹੋਇਆ ਕਿ ਦੀਪ ਨੂੰ ਉਹ ਥਲੀ ਜਿਹੜੇ ਮੈਨੂੰ ਉਹਨਾਂ ਦਾ ਨਾਂ ਜਗਦੀਪ ਸਿੰਘ ਥਲੀ, ਉਹਨਾਂ ਨੇ ਫੋਨ ਕਾਲ ਵੀ ਅਪਲੋਡ ਕੀਤੀ ਆ ਸੂਨ ਆਫਟਰ ਮਿਲਾ ਜਾਂ ਉਹਨਾਂ ਦੇ ਡੈਥ ਤੋਂ ਬਾਅਦ। ਉਹਦੇ 'ਚ ਦੀਪ ਨੂੰ ਉਹ ਕਹਿੰਦੇ ਕਿੱਥੇ ਰਹਿੰਦੇ ਹੋ ਤੁਸੀਂ, ਮਿਲਦੇ ਨਹੀਂ, ਕਹਿੰਦਾ ਯਾਰ ਮੈਂ ਤਾਂ ਇੱਦਾਂ ਥੋੜ੍ਹੇ ਜਿਹਾ ਪਿੱਛੇ ਹੋ ਗਿਆ ਵਾਂ, ਜਿੱਥੇ ਵੀ ਜਾਂਦਾ ਮੇਰੇ ਵੀ ਪੇਸ਼ ਪੈ ਜਾਂਦੇ ਆ, ਵੀ ਵਧੀਆ ਕਰਨ ਨੂੰ ਚਾਹੀਦਾ, ਇਹ ਸਮਝਦੇ ਨਹੀਂ ਚੀਜ਼ਾਂ ਨੂੰ, ਸਮਝਣ ਦੀ ਨਹੀਂ ਗੱਲ, ਅਸੀਂ ਇੰਨੇ ਸੈਲਫਿਸ਼ ਹੋ ਜਾਂਦੇ ਹਾਂ ਨਾ। ਇਹ ਸਾਨੂੰ ਇਹ ਹੁੰਦਾ ਸਾਡੀ ਬੱਲੇ ਬੱਲੇ ਹੋਵੇ, ਸਾਡੀ ਫੋਟੋ ਆਵੇ, ਸਾਡਾ ਨਾਂ ਆਵੇ, ਵੀ ਜਿਹੜਾ ਮੁੰਡਾ ਕੰਮ ਕਰ ਰਿਹਾ ਉਹ ਭਾਵੇਂ ਕੰਮ ਕਰੀ ਜਾਵੇ, ਉਹ ਪਿੱਛੇ ਜਾਵੇ। ਉਹ ਦੇਖੋ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਤੁਸੀਂ ਗੱਲ ਕੀਤੀ, ਗਵਰਨਰ ਨੇ ਵਾਅਦੇ ਕੀਤੇ ਸੀ ਨਾ, ਕਿੱਥੇ ਗਏ? ਜਦੋਂ ਉਹਨਾਂ ਨੂੰ ਦੱਸ ਪੈਂਦਾ ਇਹਨਾਂ ਤਾਂ ਆਪਸ ਵਿੱਚ ਹੀ ਹੈ ਨਹੀਂ, ਅਸੀਂ ਕਿਉਂ ਉਹਨਾਂ ਨਾਲ ਵਾਅਦੇ? ਇੱਥੇ ਵੀ ਇਹਨਾਂ ਕੰਟਰੀਆਂ 'ਚ ਵੀ ਇਹ ਚੀਜ਼ਾਂ ਹੁੰਦੀਆਂ ਕਿ ਆਪਾਂ ਕਈ ਵਾਰੀ ਗਵਰਨਮੈਂਟਾਂ ਨਾਲ ਗੱਲਾਂ ਕਰਦੇ ਹਾਂ ਵਟਐਵਰ, ਅਤੇ ਕਈ ਵਾਰੀ ਉਹ ਲੀਡਰਸ਼ਿਪ ਦੀ ਲੜਾਈ ਪਿੱਛੇ ਜਾਂ ਬੱਲੇ ਬੱਲੇ ਖਾਤਰ ਲੋਕ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਪਿੱਛੇ ਧੱਕ ਦਿੰਦੇ। ਜਿੰਨਾ ਮਤਲਬ ਯੂਥ, ਤੁਹਾਡੇ ਕਹਿਣ ਦਾ ਆਪਾਂ ਉੱਥੇ ਫਿਰ ਮੁੜ ਕੇ ਆਈਏ ਵਾਪਸ, ਜੋ ਆਪਾਂ ਅੱਜ ਗੱਲ ਕਰ ਰਹੇ ਸੀਗੇ ਕਿ ਇਹ ਜਿਹੜਾ ਯੂਥ ਹੈ ਜਿਹਦੇ ਵਿੱਚ ਲੱਖਾ ਸਿਧਾਣਾ ਹੈ ਨਾ, ਇੱਕ ਬਹੁਤ ਵੱਡੀ ਫੋਲੋਵਿੰਗ ਹੈ ਲੱਖੇ ਸਿਧਾਣੇ ਦੀ, ਭਾਨੇ ਸਿੱਧੂ ਦੀ ਵੀ ਫੋਲੋਵਿੰਗ ਹੈਗੀ ਹੈ। ਸੋ ਜੇ ਨਾਲ ਦੇ ਹੋਰ ਸਾਥੀ ਗੱਲ ਕਰੀਏ, ਕੁਛ ਹੋਰ ਨੌਜਵਾਨ ਨੇ, ਇੱਕ ਦਾ ਨਾਮ ਮੈਨੂੰ ਲੱਗਦਾ ਸੁੱਖ ਜਗਰਾਓ ਹੈ, ਇੱਕ ਜਗਦੀਪ ਰੰਧਾਵਾ। ਸੋ ਇਹ ਨੌਜਵਾਨ ਜਿਹੜੇ ਆ, ਜਿੱਦਾਂ ਮਰਜ਼ੀ ਹੈ, ਅਸੀਂ ਵਿਰੋਧ ਤਾਂ ਨਹੀਂ ਕਰਦੇ ਇਹਨਾਂ ਦੀ, ਪਰ ਇਹ ਦੀਪ ਦੇ ਨਾਲ ਨਹੀਂ ਖੜੇ। ਉਸ ਟਾਈਮ ਦੇ ਉੱਤੇ ਦੀਪ ਸਿੱਧੂ ਨੂੰ ਇਕੱਲਾ ਛੱਡਿਆ ਗਿਆ, ਹਾਲਾਂਕਿ ਉਸਦੇ ਉਲਟ ਭੁਗਤਦੇ ਰਹੇ ਨੇ। ਜੇ ਆਪਾਂ ਲੱਖੇ ਸਿਧਾਣੇ ਦੀ ਵੀ ਗੱਲ ਕਰਦੇ ਹਾਂ, ਸਵਾਲ ਕਰਨੇ ਕਿਵੇਂ ਕਲਾ ਵਰਤਦੀ ਹੈ, ਇਹ ਤਾਂ ਸਭ ਐਵੇਂ ਹੀ ਹੁੰਦਾ ਹੈ, ਤੂੰ ਦਿੱਲੀ ਕਿਵੇਂ ਪਹੁੰਚ ਗਿਆ ਸੀ, ਇਸ ਤਰ੍ਹਾਂ ਦੇ ਸਵਾਲ ਜਿਹੜੇ ਉਸ ਵੇਲੇ ਹੁੰਦੇ ਰਹੇ ਆ। ਸੋ ਅੱਜ ਸਵਾਲ ਤਾਂ ਹੈ, ਅੱਜ ਪੰਥਕ ਜਿੰਨੀ ਵੀ ਨੌਜਵਾਨੀ ਹੈ ਪੰਜਾਬ ਦੀ, ਜੇਕਰ ਭਾਨੇ ਸਿੱਧੂ ਦੇ ਲੱਖੇ ਸਿਧਾਣੇ ਦਾ ਸਾਥ ਦੇ ਰਹੀ ਹੈ, ਅਤੇ ਜਦੋਂ ਇੱਕ ਕੇਸ ਦਾ ਨਿਪਟਾਰਾ ਹੋ ਜਾਂਦਾ ਨਾ, ਭਾਨਾ ਸਿੱਧੂ ਬਾਹਰ ਆ ਜਾਂਦਾ, ਸਵਾਲ ਤਾਂ ਹੈ ਕਿ ਇਹ ਸਾਰੇ ਨੌਜਵਾਨ ਜਿਹੜੇ ਨੇ ਉਹ ਦੂਜੇ ਪਾਸੇ ਨੂੰ ਵੀ ਚੱਲਣ। ਭਾਈ ਅੰਮ੍ਰਿਤਪਾਲ ਵਾਸਤੇ ਵੀ ਜਿਹੜਾ ਹੈਗਾ, ਐਡੇ ਵੱਡੇ ਰੋਸ ਧਰਨੇ ਮੁਜ਼ਾਹਰੇ ਜਿਵੇਂ ਜਿਵੇਂ ਵੀ ਕਰ ਰਹੇ ਹੁਣ ਕਰ ਰਹੇ ਆ, ਇਹ ਉਦੋਂ ਵੀ ਕਰਨ। ਬੰਦੀ ਸਿੰਘਾਂ ਦੇ ਵਾਸਤੇ ਵੀ ਜਿਹੜਾ ਉਪਰਾਲਾ ਹੈ ਉਹ ਵੀ ਜਿਹੜਾ ਇਸੇ ਤਰੀਕੇ ਨਾਲ ਕਰਨ, ਗੱਲ ਫਿਰ ਬਣਦੀ ਹੈ। ਇਹ ਨਹੀਂ ਕਿ ਆਪਣੇ ਨੌਜਵਾਨਾਂ ਬਾਰੇ ਰੁੱਖ ਹੋਰ ਅਤੇ ਜਿਹੜੇ ਪੰਥਕ ਨੇ ਉਹਨਾਂ ਬਾਰੇ ਚੁੱਪ ਵੱਟ ਲਓ, ਇਹ ਵੀ ਗੱਲ ਜਿਹੜੀ ਹੈ ਕਿਤੇ ਨਾ ਕਿਤੇ ਸਹੀ ਨਹੀਂ ਹੈਗੀ। ਇਹ
ਤੁਸੀਂ ਗੱਲ ਕੀਤੀ ਵੀ ਜਦੋਂ ਭਾਣਾ ਆ ਗਿਆ, ਜਦੋਂ ਜਿਉਂ ਆ ਗਿਆ ਨਾ ਕਿਸੇ ਨੂੰ ਕੋਈ ਪਰਵਾਹ ਨਹੀਂ ਗੀ, ਉਹ ਪਤਾ ਨਹੀਂ ਕੀ ਮਕੈਨਿਕਸ ਆ, ਕਿਉਂ ਇੱਥੇ ਤੱਕ ਗੱਲ ਅਸੀਂ ਲੈ ਆਏ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਲਈ ਅਸੀਂ ਕਰ ਨਹੀਂ ਸਕੇ, ਸਾਡੀ ਵੀ ਫੋਲਟ ਆ, ਸਾਰਿਆਂ ਦੀ ਫੋਲਟ ਆ। ਸੋ ਮਤਲਬ ਇਹ ਆ ਜੇ ਮੂਵਮੈਂਟ ਚੱਲ ਪਈ ਆ ਫਿਰ ਆਪਾਂ ਆਪਣੀਆਂ ਟੋਟਲ ਮੰਗਾਂ ਰੱਖੀਏ ਨਾ। ਉਹਨਾਂ ਨੇ ਕੀ ਕੀਤਾ, ਜਿਹੜੇ ਬੰਦੀ ਸਿੰਘ ਆ ਉਹਨਾਂ ਨੇ ਕੀ ਕੀਤਾ, ਉਹਨਾਂ ਦਾ ਟਾਈਮ ਵੀ ਨਿਕਲ ਗਿਆ, ਆਪਣੇ ਦਵਿੰਦਰਜੀਤ ਸਿੰਘ ਭੁੱਲਰ ਸਾਹਿਬ ਲਈ ਵੀ ਉਹਨਾਂ ਦਾ ਵੀ ਰਿਫਿਊਜ਼ਲ ਤੇ ਰਿਫਿਊਜ਼ਲ ਹੋ ਜਾਂਦਾ, ਉਹਨਾਂ ਨੇ ਕੀ ਗਲਤ ਕੀਤਾ ਉਹਨਾਂ ਦਾ। ਉਹ ਤਾਂ ਕਹਿੰਦੇ ਵੀ ਮੈਂਟਲੀ ਸਟੇਬਲ ਵੀ ਨਹੀਂ ਗੇ, ਹੁਣ ਜੋ ਵੀ ਕਹਿ ਲਓ ਉਹ ਠੀਕ ਨਹੀਂ ਗੇ, ਹੈ ਨਾ। ਫਿਰ ਵੀ ਇਹੋ ਜਿਹੇ ਵਿਅਕਤੀ ਨੂੰ ਪਤਾ ਨਹੀਂ, ਠੀਕ ਤਾਂ ਵੀ ਨਹੀਂ ਬਿਕੋਜ਼ ਆਪਾਂ ਨੂੰ ਪਤਾ ਨਹੀਂ ਜੇਲ੍ਹਾਂ 'ਚ ਉਹਨਾਂ ਦਾ ਕੀ ਸਲੂਕ ਹੁੰਦਾ। ਜਗਤਾਰ ਸਿੰਘ ਜੌਲ, ਭਾਈ ਅੰਮ੍ਰਿਤਪਾਲ ਸਿੰਘ ਹੋਰ, ਉਹਨਾਂ ਦੇ ਸਾਰੇ ਸਾਥੀ, ਪਤਾ ਨਹੀਂ ਕਿੰਨੇ ਕਿੰਨੇ ਹੋਰ ਨੌਜਵਾਨ ਪਰਿਵਾਰਾਂ ਨੂੰ ਤੰਗ ਕੀਤਾ ਗਿਆ, ਮਸ਼ੀਨਰੀ ਗਾਲ ਦਿੱਤੀ ਗਈ, ਤੰਗ ਸਾਰਾ ਸਾਰਾ ਤਰੀਕਾ। ਮੁੱਖ ਦੀ ਗੱਲ ਇੱਥੇ ਆਉਂਦੀ ਹੈ ਭਾਈ ਸਾਹਿਬ, ਜੇ ਆਪਾਂ ਸ਼ੋਰਟ 'ਚ ਕਹੀਏ, ਜਿੱਦਾਂ ਦੀਪ ਕਹਿੰਦਾ ਹੁੰਦਾ ਸੀਗਾ, ਰਾਵਣ ਦੇ 10 ਸਿਰ ਆ, ਉਹੀ ਜਿੱਦਾਂ ਡਜ਼ਨਟ ਮੈਟਰ, ਭਗਵੰਤ ਮਾਨ ਆ, ਕੈਪਟਨ ਆ, ਬਾਦਲ ਪਰਿਵਾਰ ਆ, ਇਹਨਾਂ ਨੇ ਸਾਰੀ ਜਿਹੜੀ ਡਾਇਰੈਕਸ਼ਨ ਆ ਨਾ, ਪਤਾ ਨਹੀਂ ਸ਼ਾਇਦ ਸੈਂਟਰ ਤੋਂ ਵੀ ਨਹੀਂ ਆ ਰਹੇ, ਇਹਨਾਂ ਹੋਰ ਕਿਤੋਂ ਆ ਰਹੀ ਆ, ਮਸ਼ੀਨਰੀ ਹੁੰਦੀ ਆ ਪਿੱਛੇ, ਕਹਿੰਦੇ ਗੌਰਮੈਂਟਾਂ ਤੋਂ ਬਾਹਰ ਵੀ ਜਿਹੜੀ ਐਕਚੁਅਲੀ ਲੀਡ ਲੈਂਦੀ ਆ ਵੀ ਉਹਨਾਂ ਨੂੰ ਡਾਇਰੈਕਟਿਵ ਦਿੰਦੀ ਆ ਵੀ ਕਿੱਦਾਂ ਕਿੱਦਾਂ ਆਪਾਂ ਚੱਲਣਾ। ਸੋ ਮਤਲਬ ਇਹ ਆ ਕਿ ਇਹ ਆਪਾਂ ਨੂੰ ਇਸ ਤਰੀਕੇ ਟੈਕਲ ਕਰਨਾ ਚਾਹੀਦਾ ਕਿ ਆਹ ਸਾਡੇ ਇਸ਼ੂ ਸੋਲਵ ਹੋਣੇ, ਜੇ ਇਕੱਲੇ ਵਿਅਕਤੀ 'ਤੇ ਜੇ ਕਰਨ ਲੱਗ ਗਏ ਨਾ, ਇਹ ਬਹੁਤ ਸ਼ੋਰਟ ਟਾਈਮ ਆ, ਇਹ ਆਪਾਂ ਛੋਟੀਆਂ ਚੀਜ਼ਾਂ ਲਈ ਐਡਾ ਐਕਸ਼ਨ ਕਰ ਲਿਆ। ਹੁਣ ਦੇਖੋ, ਓਕੇ, ਜਿਹੜਾ ਹੁਣ ਹੋਇਆ, ਜਿਹੜੇ ਤੁਸੀਂ ਵੀਡੀਓਜ਼ ਵੀ ਦੇਖੀਆਂ, ਜਦੋਂ ਬੈਰੀਕੇਡ ਟੁੱਟੇ ਤੋੜੇ ਜਾ ਰਹੇ ਆ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਸਟੇਸ਼ਨ ਗਏ ਸੀ, ਉਹ ਮਾੜਾ ਬਣ ਗਿਆ ਸੀਗਾ, ਸਾਡੇ ਵੀ ਕਹਿ ਰਹੇ ਸੀ ਉਹ ਉਦੋਂ ਮਾੜਾ ਸੀ, ਹੁਣ ਇਹ ਠੀਕ ਹੋ ਗਏ ਹੈ। ਹੁਣ ਉਹਨਾਂ ਨੂੰ ਤਾਂ ਕਹਿਤਾ ਭਾਈ, ਇਹ ਜਿਹੜੇ ਨੇ ਐਕਸਟ੍ਰੀਮ ਚੱਲਦੇ ਨੇ, ਹੈ ਨਾ। ਉਦੋਂ ਦੀਪ ਸਿੱਧੂ ਨੂੰ ਵੀ ਕਿਹਾ ਵੀ ਇਹ ਝੰਡਾ ਲਾ ਲਿਆ, ਐਕਸਟ੍ਰੀਮ ਚੱਲਦੇ ਆ, ਆ ਹੁਣ ਉਹੀ ਰੁਲਦੂ ਜਿਹੜਾ ਮਾਨਸਾ ਵਾਲਾ ਉਹ ਨਾਲ ਤੁਰਿਆ ਫਿਰਦਾ। ਮਤਲਬ ਦੇਖੋ, ਇਹ ਗੱਲ ਹੁੰਦੀ ਹੈ, ਲਾਈਵ ਕਰਤੇ ਅਸੀਂ ਇਹ ਲੋਕ, ਲਾਈਵ ਕਰਤੇ ਦੁਬਾਰਾ, ਸੋ ਵੀ ਨੀਡ ਟੂ ਬੀ ਕੇਅਰਫੁਲ। ਸੋ ਅਸੀਂ ਨਿੰਦਦੇ ਨਹੀਂ, ਸੋ ਕੋਈ ਰੋਂਗਲੀ ਨਾ ਲੈ ਲਵੇ ਗੱਲ ਨੂੰ, ਗੱਲ ਅਸੀਂ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੰਗਤਾਂ ਨੂੰ ਵੀ, ਉੱਥੇ ਵੀ ਜਿਹੜੇ ਇੰਡੀਆ ਵੀ ਕੋਈ ਦੇਖਦਾ ਵਾ, ਪੰਜਾਬੀ ਲੋਕ ਜਾਂ ਹਰਿਆਣੇ ਤੋਂ ਕੋਈ ਵੀ ਦੇਖ ਰਿਹਾ, ਕਿ ਆਪਾਂ ਬਹੁਤ ਆਪਾਂ ਆਪਦਾ ਹੋਰ ਨੁਕਸਾਨ ਨਾ ਕਰਾਰੀਏ, ਜਿਹੜੀਆਂ ਮੰਗਾਂ ਉਹ ਆਪਾਂ ਟੋਟਲ ਮੰਗਾਂ ਰੱਖੀਏ। ਜਿੱਦਾਂ ਵੀ ਇਹ ਨਾ ਸੋਚੀਏ ਵੀ ਇਹ ਸਾਡੀ ਇਕੱਲੀ ਇਕੱਲੀ ਮੰਗ ਨਾਲ ਗੱਲ ਬਣ ਜਾਣੀ ਆ, ਆਪਾਂ ਨੂੰ ਪਲੇ ਕਰਿਆ ਜਾ ਰਿਹਾ, ਆਪਾਂ ਨੂੰ ਇੱਕ ਦੂਜੇ ਦੇ ਵੀ ਖਿਲਾਫ ਕਰਕੇ ਚਲਾ ਰਹੇ ਹੋਊਗੇ, ਅਤੇ ਇਹੋ ਜਿਹੇ ਤੁਹਾਨੂੰ ਪਤਾ ਮੂਵਮੈਂਟਾਂ 'ਚ ਬਹੁਤ ਔਖਾ ਹੁੰਦਾ ਹੋਣਾ ਵੀ ਐਕਚੁਅਲ ਡਾਇਰੈਕਸ਼ਨ ਰੱਖਣੀ। ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵੀ ਬਹੁਤ ਡਿਫੀਕਲਟ ਹੁੰਦਾ ਹੋਣਾ, ਹੁਣ ਤਾਂ ਚਲੋ ਆਪਣੇ ਰਾਜ ਹੈ ਹੀ ਨਹੀਂ ਗਾ ਨਾ ਇਸ ਟਾਈਮ 'ਤੇ ਤਾਂ। ਸੋ ਜੋ ਵੀ ਕਰਨਾ ਬਹੁਤ ਧਿਆਨ ਨਾਲ ਕਰਨਾ ਚਾਹੀਦਾ, ਪਰ ਜਿਹੜੀ ਐਂਟੀ ਜਿਹੜੇ ਪੰਥਕ ਸੋਚ ਆ ਉਹਨੂੰ ਵਿੱਚ ਰੱਖਣਾ ਚਾਹੀਦਾ, ਜੇ ਕੋਈ ਬਾਹਲਾ ਐਂਟੀ ਪੰਥਕ ਚੱਲਦਾ ਉਹਨੂੰ ਦੇਖਣਾ ਚਾਹੀਦਾ, ਕਿਉਂਕਿ ਜਿਹੜਾ ਪੰਥ ਆ ਉਹਦੇ ਸਹਾਰੇ ਆ, ਨਿਸ਼ਾਨ ਸਾਹਿਬ ਹੀ ਆ ਜਿਹੜੇ ਉੱਥੇ ਤੱਕ ਲੈ ਗਏ ਸਾਨੂੰ ਦਿੱਲੀ ਤੱਕ, ਜਿਨ੍ਹਾਂ ਦੇ ਕਰਕੇ ਜਿੱਤ ਪ੍ਰਾਪਤ ਹੋਈ ਸੀ ਉਹਨਾਂ ਟਾਈਮਾਂ 'ਚ। ਜਿੱਤ ਤਾਂ ਆਪਾਂ ਉਹ ਕਈ ਵਾਰ ਗੱਲ ਕਰ ਹਟਿਆ, ਐਕਚੁਅਲੀ ਕਿੰਨੀ ਸਾਨੂੰ ਜਿੱਤ ਮਿਲੀ ਹੈ, ਜਿਹੜੀ ਪਹਿਲਾਂ ਉਹਨਾਂ ਨੇ ਸਾਡਾ ਨੁਕਸਾਨ ਕੀਤਾ, ਫਿਰ ਉਹ ਕਹਿੰਦੇ ਠੀਕ ਆ ਅਸੀਂ ਬੈਕ ਲੈ ਜਾਂਦੇ, ਪਰ ਉਹ ਵੀ ਫੁੱਲੀ ਨਹੀਂ ਚੀਜ਼ਾਂ ਹੋਈਆਂ, ਉੱਥੇ ਟਰੈਕਟਰ ਵੀ ਗਲ ਗਏ, ਨੌਜਵਾਨੀ ਜੇਲ੍ਹਾਂ 'ਚ ਉਹਨਾਂ 'ਤੇ ਪਰਚੇ ਪੈ ਗਏ, ਹਜੇ ਤੱਕ ਕੋਟਾ ਕਚਹਿਰੀਆਂ ਦੇ ਧੱਕੇ ਖਾਂਦੇ ਫਿਰਦੇ ਆ, ਪਰਿਵਾਰਾਂ ਨੂੰ ਤੰਗ ਕੀਤਾ ਜਾ ਰਿਹਾ। ਸੋ ਇਹਨਾਂ ਜਿਹੜੇ ਜੋ ਵੀ ਲੀਡਰਸ਼ਿਪ ਆ, ਮੈਂ ਇੱਕ ਵਾਰੀ ਫੇਰ ਕਹਿੰਦਾ, ਜੋ ਵੀ ਰਨ ਕਰ ਰਹੀ ਹੈ ਇਸ ਚੀਜ਼ ਨੂੰ ਵੀ ਮੂਹਰੇ ਲੱਗੇ ਆ, ਉਹਨਾਂ ਨੂੰ ਆਪਾਂ ਵਾਚ ਕਰੀਏ, ਉਹਨਾਂ 'ਤੇ ਪ੍ਰੈਸ਼ਰ ਹੋਣਾ ਚਾਹੀਦਾ ਕਿ ਇਕੱਲੇ ਕਾਮਰੇਡ ਹੀ ਸੋਚ ਨਹੀਂ ਚੱਲਣੀ ਚਾਹੀਦੀ, ਇਹ ਪੰਥਕ ਸੋਚ ਨੂੰ ਵੀ ਮੂਹਰੇ ਲਿਆਓ, ਇਹਦੇ ਕਰਕੇ ਅੱਜ ਅਸੀਂ ਇੱਥੇ ਖੜ੍ਹੇ ਹਾਂ। ਜਿਹੜੇ ਜਿਹੜੀ ਆਪਣੀ ਜ਼ਮੀਨਦਾਰੀ, ਜਿਹੜੀਆਂ ਜ਼ਮੀਨਾਂ ਵੀ ਆਈਆਂ ਸੀ, ਉਹ ਵੀ ਇਹ ਨਿਸ਼ਾਨ ਸਾਹਿਬ ਕਰਕੇ ਹੀ ਆਈਆਂ ਸੀ, ਖਾਲਸੇ ਕਰਕੇ ਆਈਆਂ ਸੀਗੀਆਂ, ਬੰਦਾ ਸਿੰਘ ਬਹਾਦਰ ਨੇ ਬਹਾਲ ਕੀਤੀਆਂ ਸੀ। ਬਹੁਤ ਧੰਨਵਾਦ ਭਾਅ ਜੀ, ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਅੱਜ ਦੀ ਵਿਚਾਰ ਜਿਹੜੀ ਹੈ ਉਹ ਖਾਸ ਤੌਰ ਦੇ ਉੱਤੇ ਇਸ ਕਰਕੇ ਜਿਹੜੀ ਰੱਖੀ ਗਈ ਹੈ ਕਿ ਜੋ ਇਕੱਠ ਹੋਏ ਨੇ ਉਹ
ਠੀਕ ਹੈ, ਬਹੁਤ ਵਧੀਆ ਗੱਲ ਹੈ, ਲੱਖਾ ਸਿਧਾਣਾ ਪੰਜਾਬ ਲਈ ਬਹੁਤ ਵਧੀਆ ਕੰਮ ਕਰਦਾ ਹੈ, ਭਾਨਾ ਸਿੱਧੂ ਵਧੀਆ ਕੰਮ ਕਰਦਾ ਹੈ, ਏਜੰਟਾਂ ਕੋਲੋਂ ਪੈਸੇ ਮੜਵਾਉਣੇ ਜੋ ਪੁਲਿਸ ਨਹੀਂ ਕਰਦੀ ਉਹ ਭਾਨਾ ਸਿੱਧੂ ਕਰਦਾ ਹੈ, ਜਾਂ ਹੋਰ ਨੌਜਵਾਨ ਜਿਹੜੇ ਵਧੀਆ ਕੰਮ ਕਰਦੇ ਨੇ, ਅਸੀਂ ਹਮੇਸ਼ਾ ਇਹਨਾਂ ਦਾ ਸਾਥ ਦਿੰਦੇ ਹਾਂ, ਸਾਡੇ ਬਹੁਤ ਸਾਰੇ ਪ੍ਰੋਗਰਾਮ ਨੇ ਇਹਨਾਂ ਦੇ ਸਾਥ ਦੇ, ਇਹਨਾਂ ਦੇ ਹੱਕ ਦੇ ਵਿੱਚ ਬਣੇ ਹੋਏ ਆ, ਪਰ ਕੀ ਜਦੋਂ ਗੱਲ ਪੰਥਕ ਨੌਜਵਾਨਾਂ ਦੀ ਆਉਂਦੀ ਹੈ ਉਦੋਂ ਫਿਰ ਇਹਨਾਂ ਦੀ ਚੁੱਪ ਜਿਹੜੀ ਆ ਉਹ ਵੱਟ ਲੈਂਦੇ ਨੇ, ਅਤੇ ਜਦੋਂ ਆਪਣੀ ਵਾਰੀ ਆਉਂਦੀ ਹੈ ਫਿਰ ਸਾਰੇ ਪੰਜਾਬ ਨੂੰ ਸੱਦਾ ਦਿੰਦੇ ਆ ਕਿ ਭਾਈ ਆਓ ਸਾਡੇ ਨਾਲ ਖੜੋ। ਸੋ ਉੱਥੇ ਫਿਰ ਪੰਥਕ ਨੌਜਵਾਨਾਂ ਨੂੰ ਵੀ ਜਿਹੜੀ ਹੈ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਜੇ ਸਾਡੀ ਵਾਰੀ ਨਹੀਂ ਤੁਸੀਂ ਖੜਦੇ ਫਿਰ ਆਪਣੀ ਵਾਰੀ ਤੁਸੀਂ ਸਾਨੂੰ ਸੱਦ ਲੈਂਦੇ ਹੋ, ਜਾਂ ਤਾਂ ਸਾਡੇ ਨਾਲ ਖੜਿਆ ਕਰੋ। ਸੋ ਇਹ ਗੱਲ ਇਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ, ਫਿਰ ਅੱਗੇ ਚੱਲਾਂਗੇ। ਇਹ ਨਹੀਂ ਕਿ ਸਾਡਾ ਫਿਊਲ ਵਰਤੀ ਜਾਓ, ਟਰੈਕਟਰ ਤੁਹਾਡਾ ਹੋਵੇ ਤਾਂ ਤੇਲ ਸਾਡਾ ਪਵਾ ਕੇ ਤੁਸੀਂ ਜਿਹੜਾ ਹੈ ਘੁੰਮਦੇ ਫਿਰਦੇ ਰਹੋ। ਸੋ ਸਾਡਾ ਨੁਕਸਾਨ ਹੋ ਜਾਵੇ, ਤੁਹਾਡੀ ਚੀਜ਼ ਉੱਥੇ ਖੜੀ ਦੀ ਖੜੀ ਰਹਿ ਜਾਵੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਸੋਚਣੀਆਂ ਪੈਣੀਆਂ, ਸਿਆਣੇ ਬਣਨ ਦੀ ਲੋੜ ਹੈ। ਬਹੁਤ ਧੰਨਵਾਦ, ਚੜ੍ਹਦੀ ਕਲਾ ਦੇ ਵਿੱਚ ਰਹੋ, ਮਿਲਾਂਗੇ ਫਿਰ ਤੋਂ।